अरे कहाँ चाचा आखरा मारे है बड़ा लैवल रख के माशाल्लाह कोई हाथ नहीं लाया पांड नूं ते इंजे नाल आ रहे नाल कुत्तियां दा अजड़े रेड़ी लोड़ हो गई है नुमान अपनी बन जगह सैट कर रहे हैं उन्हें इस तरह बो पाया ताकि सीट जड़ी है उपर सुकून बने क्या भाई सबर आ रहा सामने डबल इंजन ला के वाह भाई सबर पराली मोख रही है तुम्हें टोर पाऊंगे दसिया बंद वास्ते स्टाफ पे नलका लगे है आवाम पानी पी रही इतो की हाल ने भाई जी ठीक हो कुत्ता लिटनिया लैके अपना सिकेड़ा ला रहे है हूँ ड्यूटी शुरू होने वाली है मेहमान साहब जो कि लै चलने कलर की रेड़ी लिजानी थोड़ा जहा कलर लिजाई जित जो डुब जाए थोड़ा थोड़ा करके लै जाइए ले जाना काफ़ी दूर होंगे इस वास्ते थोड़ा थोड़ा ही लिजाई ताकि कुत्ता थक ना जाए रेड़ी लोड़ हो गई है नुमान अपनी बन जगह सैट कर रहे हैं इस तरह बो पाया ताकि सीट जड़ी है उपर सुकून बने अरे तुम चाचा आखरा मारे है बड़ा लैवल रख के माशाल्लाह कोई हाथ नहीं लाया पांड नूं ते इंजे नाल आ रहा नाल कुत्तियां दा अजड़े आओ जी गा ले आ रहे हो माशाल्लाह बड़ी गल है नमान पीना ही पानी पानी पी रहे हैं तो अगे भारा दे रहे हैं इन आवे इत दौड़ी ला दे भी वजन तो काफ़ी के दौड़ नहीं लगा तो वो ला दी उस बाइक नहीं फड़ना अगर तेरा बेली आ रहा है इस तरह आओ सामने ओ भाई सबर आ रहा है पता लगा हो गया नमान थोड़ा पिछा के बैठे है क्या भाई सबर आ रहा है सामने डबल इंजन लैके वाह भाई सबर पराली मोख रही है तुम्हें टोर पाऊंगे मोख रही है पराली तुम टोर पाऊंगे मेरे लग गई है के और नहीं मुकदी यार इंजन लगे हैं मजाक कर रहे हैं प्यार से तेरे नाल ये दसिया बंद वास्ते स्टाफ पे नलका लगे है आवाम पानी पी रही इतो सुनाओ जी की हाल ने ठीक हो पानी पीने वास्ते ब्रेक लाई है सामने भाई सबर आ रहा काम मुका के आना की हाल ने भाई जी ठीक हो मिट्टी बड़ी सख्त है बड़ी पुरानी बत्ती हो गई है पहली बारी पटनी पई है दूसरा मुश्किल है वे कि इन इन ब्रेकों दिन और सफेदियां जड़ा बड़िया ने यह पटनिया बड़ी मुश्किल हैं जो जो यारा डूगा हो जाता है उंज ही
ਅੱਧਾ ਸੱਟਣਾ ਹੀ ਮੁਸ਼ਕਿਲ ਹੋ ਰਿਹਾ ਹੈ, ਬੈਟਰੀ ਕਾਫੀ ਜ਼ਿਆਦਾ ਹੋ ਗਈ ਹੈ। ਇੱਕ ਹੋਰ ਇੰਟਰਸਟਿੰਗ ਸ਼ੈਬ ਹੈ ਉਹ ਇਹ ਵੇ, ਇਹ ਇੱਕ ਨਵਾਂ ਸ਼ਾਕਾਰ ਵੇਖਿਆ ਇੱਥੇ ਇਸ ਜਗ੍ਹਾ 'ਤੇ ਆਈ। ਅਸਾਂ ਸਾਰਿਆਂ ਵਾਸਤੇ ਉਹਦਾ ਛੋਟਾ ਜਿਹਾ ਘਰ ਬਣਾਇਆ ਆਈ, ਇੱਥੇ ਸਾਰੇ ਹੁੰਦੇ ਹਨ। ਇੱਥੋਂ ਨਾਲ ਖੁੱਡ ਕੱਢੀਏ, ਉਹ ਖੁੱਡ ਇੱਥੇ ਆ ਗਈ ਹੈ, ਇੱਥੋਂ ਪਤਾ ਨਹੀਂ ਇਹਨਾਂ ਕਿੱਥੇ ਤੱਕ ਆਉਣ। ਮਤਲਬ ਇਹ ਕਿਆ, ਵੇਖੋ ਵਾਧੂ ਵੜ ਜਾਂਦਾ ਸਾਰਾ, ਪੂਰਾ ਪੂਰਾ ਵਾਧੂ ਵੜ ਗਿਆ ਇਹਦੇ ਵਿੱਚ। ਮਤਲਬ ਇਹ ਕਿ ਇੱਥੋਂ ਤੱਕ ਹੈ, ਅੱਗੋਂ ਪਤਾ ਨਹੀਂ ਕਿੱਥੋਂ ਤੱਕ ਹੈ। ਇੱਥੇ ਤਾਂ ਨਾਮੋ ਨਿਸ਼ਾਨ ਕੋਈ ਨਜ਼ਰ ਆਉਂਦਾ ਪਿਆ, ਅਗਾਂਹ ਕਾਫੀ ਲੰਬੀ ਹੋਣੀ ਹੈ। ਹੁਣ ਇਹ ਲਾ ਖੈਰ ਕਰੇ, ਜਿਸ ਟਾਈਮ ਭਰਾਂ ਖੁਦਾਈ ਹੋ ਸੀ ਦੀ, ਉਸ ਟਾਈਮ ਪਤਾ ਲੱਗੇਗਾ ਕਿ ਇਹ ਸ਼ੈਤਾਨ ਦੇ ਅੰਦਰ ਕਿਤਨੀ ਲੰਬੀ ਹੋ ਚੁੱਕੀ ਹੈ। ਰਕੜਨੇ ਦਾ ਕੰਮ ਸਭ ਤੋਂ ਮੁਸ਼ਕਲ ਹੁੰਦਾ, ਚੰਗਾ ਬੜਾ ਜ਼ੋਰ ਲੱਗਦਾ ਬੇਲਚਾ ਮਾਰ ਕੇ ਫਿਰ ਮਿੱਟੀ ਤੋਂ ਸੁੱਟਣੇ ਵਿੱਚ। ਅੱਗੇ ਜਦੋਂ ਮਜ਼ਦੂਰ ਲਾਈ ਦੇ ਆਉਣਾ ਅਤੇ ਆਖੀ ਲਾਈ ਹੋਈਏ, ਬੜੇ ਹੱਡ ਆਰਾਮ ਨੇ, ਝੱਟ ਕੰਮ ਕਰਦੇ ਨੇ, ਫਿਰ ਬਹਿ ਜਾਂਦੇ ਨੇ। ਇਹ ਹਰ ਵੇਲੇ ਦਾਹ ਲਾਉਣੇ ਤਾਂ ਹੁੰਦੇ ਨੇ। ਅੱਜ ਰਕੜਨਾ ਪਿਆ ਜ਼ਿੰਦਗੀ 'ਚ ਪਹਿਲੀ ਵਾਰੀ, ਪਤਾ ਲੱਗਾ ਕੰਮ ਚੰਗਾ ਬੜਾ ਤਕੜਾ, ਉਹ ਬੇਚਾਰੇ ਸੱਚੇ ਹੀ ਆਉਣ ਕਿ ਥੋੜ੍ਹਾ ਜਿਹਾ ਕੰਮ ਕਰਕੇ ਤੇ ਦੋ ਤਿੰਨ ਮਿੰਟ ਦੁੱਖ ਲੈਂਦੇ ਆਉਣ। ਸੂਰਜ ਨੂੰ ਗਰੂਬ ਹੋ ਰਿਹਾ, ਹੁਣ ਥੋੜ੍ਹੀ ਦੇਰ ਰੈਸਟ ਕਰ ਰਹੇ ਹਾਂ। ਨਮਾਨ ਸਾਹਿਬ ਜੜ ਜੂ ਕਢਾ ਰਹੇ ਨੇ ਹੁਣ, ਵੈਸੇ ਹੀ ਮੱਝੀ ਚੋਣ ਦਾ ਟਾਈਮ ਹੋ ਗਿਆ, ਪੰਜ ਸੱਤ ਮਿੰਟ ਇਸ ਕੰਮ ਕਰਨਾ, ਉਸ ਤੋਂ ਬਾਅਦ ਇਸ ਮੱਝੀ ਚੋਣੀਆਂ ਨੇ। ਅਤੇ ਮੈਂ ਹੀ ਕਰਨਾ ਅੱਲਾ ਖੈਰ ਰੱਖੀ ਦੁੱਖ ਲੈ ਕੇ ਥੋੜ੍ਹਾ ਥੋੜ੍ਹਾ, ਉਹ ਵਿਚਾਰਾ ਅੱਗੇ ਕਾਫੀ ਦੇਰ ਦਾ ਰੋੜੇ ਕੁੱਟਦਾ ਪਿਆ, ਉਸ ਉਹ ਕੰਮ ਮੁਕਾਉਣਾ। ਇਹ ਹੁਣ ਆਪਣੀ ਡਿਊਟੀ ਯਾਰ ਕੱਢਣ ਵਾਲੀ, ਪੈਂਦਾ ਇਸ ਵਾਰੀ ਕਸਮ ਬੰਨ ਛੱਡ। ਮੈਂ ਕਿਹਾ ਬਾਈ ਬੰਨ ਛੱਡਾਂ ਦੇ, ਇਨਸ਼ਾਅੱਲਾ ਕਸਮ ਇਸ ਵਾਰੀ। ਇਹ ਰਾਈਟ ਸਾਈਡ ਵਾਲੇ ਸਕੜੇ ਕੜੇ ਆ, ਗੁਰਮਟ ਲੈ ਕੇ ਆਏ ਹਾਂ, ਇਹਨਾਂ ਨੂੰ ਕੁੱਟਣਾ ਵਿੱਚੋਂ, ਕੁੱਟ ਕੇ ਪੀੜਾ ਕਰਕੇ ਫਿਰ ਇਹ ਰੋੜਾ ਵਿੱਚ ਪਾਉਣਾ ਇਸਦੇ। ਅਸਾਂ ਸਾਰੇ ਫਾਦ ਕੇ ਡੱਕ ਲਏ ਨੇ, ਅਤੇ ਮਾਂ ਇਹਨਾਂ ਨੂੰ ਰਾਸ਼ਨ ਪਾਣੀ ਕਰਾ ਰਹੇ ਹੈ। ਡਰੇਕ ਦੇ ਪੱਤਰ, ਉਹ ਜੰਗਲੀ ਤੂਤ ਦੇ ਪੱਤਰ ਕੋਈ ਜਾ ਕੇ ਰੱਖੇ ਇਹਨਾਂ ਵਿੱਚ, ਤਾਂ ਕਿ ਖਾ ਰਹੇ ਨੇ, ਸੁਬਾਹ ਇਨਸ਼ਾਅੱਲਾ ਦੇ ਛੱਡਣੇ ਨੇ। ਹੁਣ ਅੱਜ ਦੋਵੇਂ ਫੜੀ ਗਏ ਨੇ, ਦੋਵੇਂ ਚਿੱਟੇ ਫੜ ਲਏ ਨੇ ਅਸਾਂ, ਡਰ ਕੇ ਬੈਠੇ ਹੈ ਨਾ। ਇਸ ਟਾਈਮ ਫੜਿਆ ਨੇ, ਧੜਕਣ ਤੇਜ਼ ਹੋ ਗਈ ਹੈ ਇਸ ਟਾਈਮ, ਹੁਣ ਬੜੇ ਤੇਜ਼ ਨਾਲ ਧੜਕਦੇ ਪੈਣ, ਮਹਿੰਦੇ ਡਰਦੇ ਪੈਣ, ਡਰੇ ਨੇ ਵਿਚਾਰੇ। ਸਾਰੇ ਅਸਾਂ ਫੜ ਕੇ ਡੱਕੇ ਨੇ ਰਾਤ ਦੇ ਅੰਦਰ ਪਿੰਜਰੇ ਵਿੱਚ, ਉਹਨਾਂ ਦੀ ਹੁਣ ਕੈਦ ਲੈਂਦੇ ਹਾਂ, ਹੁਣ ਕੱਢਣੇ ਹਾਂ ਇੱਕ ਵਾਰੀ। ਉਹ ਐਤ ਬੜੀ ਤਿਆਤ ਨਾਲ ਕੱਢਣੇ ਵਾਲੀ ਸ਼ਹੀ ਨੇ, ਹੁਣ ਤਾਂ ਕੋਈ ਪਤਾ ਨਹੀਂ, ਬੜੇ ਤੇਜ਼ ਨੇ, ਕਿਸੇ ਟਾਈਮ ਹੀ ਨਿਕਲ ਜਾਣ, ਬੜੇ ਵਕਤ ਨਾਲ ਰਾਤੀ ਫੜੇ ਨੇ। ਉਹਨਾਂ ਲਾਈਟ ਮਾਰੀਏ ਅਤੇ ਬੜਾ ਗਿਰਾ ਪਾ ਕੇ ਫੜਿਆ, ਦੋ ਫੜ ਲਏ ਨੇ, ਇੱਕ ਜਿਹੜਾ ਉਹ ਅਜੇ ਵੀ ਮੇਰੇ ਸ਼ੱਕ ਖੁੱਡ ਵਿੱਚ ਵੜੇ ਆ, ਦਿਹਾੜੀ ਸਾਰੀ ਖੁੱਡ ਵਿੱਚ ਰਹਿੰਦੇ ਨੇ, ਸ਼ਾਮ ਨੂੰ ਨਿਕਲ ਜਾਂਦੇ। ਸਮਝ ਨਹੀਂ ਆ ਰਹੀ ਕਿ ਕਿਵੇਂ ਪਤਾ ਫੜੇ ਕਿ ਨਸ ਨਾ ਜਾਣ। ਨਸਣਾ ਨਹੀਂ ਕਾਕਾ, ਬੜਿਆਂ ਭਗਤਾਂ ਨਾਲ ਫੜਿਆ ਤੈਨੂੰ। ਇਹ ਅਗਰ ਅਸੀਂ ਫੜ ਲਈਏ ਨਾ, ਸਿਰਫ ਇੱਕ ਲੱਤ ਫੜ ਲਈ ਆ, ਮਤਲਬ ਅਸੀਂ ਫੜਾਂ
ਸਿਰਫ 5 ਫੜਾਂ ਪਿਸ਼ਕਾਰੋ ਤੇ ਇਹ ਹੱਥ ਨਹੀਂ ਆਉਂਦੇ ਔਰ ਮੁਮਕਨ ਹੈ ਕਿ ਇਹ ਪੈਰ ਮਾਰ ਮਾਰ ਕੇ ਕੱਪੜੇ ਪਾੜ ਛੱਡਦੇ ਨੇ ਹੈ ਨਿੱਕੂ ਜਿਹੀ ਸ਼ਹਿਰ ਲੇਕਿਨ ਪਾਵਰ ਬੜੀ ਇਹਦੇ ਵਿੱਚ ਇਹ ਕੰਨਾਂ ਤੋਂ ਫੜੀਏ ਜਾਂ ਲੱਤਾਂ ਸਿਰਫ ਫੜ ਲਈਏ ਤਾਂ ਕਾਬੂ ਆਉਂਦੇ ਨੇ ਨਾਖਨ ਵੱਡੇ ਨੇ ਬਹੁਤ ਜ਼ਿਆਦਾ ਅਤੇ ਬੜੇ ਜ਼ਾਲਮ ਨੇ ਮੈਂ ਹੱਥ ਲਾਇਆ ਲੱਗਦਾ ਹੱਥ ਜ਼ਖਮੀ ਹੋ ਜਾਣੇ ਨੇ ਐਂ ਬਿਲਕੁਲ ਇੰਝ ਜਿਵੇਂ ਰੂਹ ਹੁੰਦਾ ਹੈ ਮਾਸ਼ਾਅੱਲਾ ਬਿਲਕੁਲ ਨਰਮ ਮੁਲਾਇਮ ਹੁਣ ਇੰਝ ਇਹਦੀ ਧੜਕਣ ਬੜੀ ਬੜੀ ਹੀ ਤੇਜ਼ ਹੋ ਚੁੱਕੀ ਹੈ ਵਿਚਾਰਾ ਘਬਰਾ ਗਿਆ ਪਤਾ ਨਹੀਂ ਮੇਰੇ ਨਾਲ ਕੀ ਕਰੂੰ ਨੇ ਕੀ ਕਰਨਾ ਨੇ ਇਹ ਖੁੱਡਾਂ ਕੱਢ ਕੇ ਨੁਕਸਾਨ ਕਰ ਰਹੇ ਨੇ ਬੜਾ ਸਾਡਾ ਦਿਲ ਲੈ ਕੇ ਇਹਨਾਂ ਨੂੰ ਫੜ ਕੇ ਦੇ ਭਾਈ ਜਾਂ ਸਹੀ ਉਹਨਾਂ ਨੂੰ ਰੱਖੇ ਨੇ ਉਹ ਭਾਈ ਬੜਾ ਬਿਜ਼ਨਸਮੈਨ ਇਹਨਾਂ ਦਾ ਅਸਾਂ ਆਖਿਆ ਉਹ ਨਹੀਂ ਵਾਪਸ ਕਰ ਛੱਡੀਏ ਦੇ ਛੱਡੀਏ ਅਤੇ ਅਸਾਂ ਫੜ ਕੇ ਰਾਤ ਦੇ ਡੱਕੇ ਨੇ ਹੁਣ ਸਾਡੀ ਕੋਸ਼ਿਸ਼ ਕਰ ਰਹੇ ਹਾਂ ਫੋਨ ਦਾ ਨੰਬਰ ਨਹੀਂ ਲੱਗ ਰਿਹਾ ਸਾਡਾ ਦਿਲ ਇੱਕ ਜਲਦੀ ਲੈ ਜਾਂਦਾ ਕਿਉਂਕਿ ਇੱਕ ਸਾਡੇ ਕੋਲ ਭੁੱਖੇ ਰਹਿਣੇ ਨੇ ਓਏ ਓਏ ਬੜੀ ਡਾਢੀ ਨੂੰ ਅੰਦਰ ਮਾਰੀ ਸੀ ਯਾਰ ਕੱਪੜੇ ਪਾੜ ਛੱਡੇ ਸੀ ਮੇਰੇ ਨੁਕਸਾਨ ਕਰ ਛੱਡਿਆ ਸੀ ਯਾਰ ਕੱਪੜੇ ਪੜਾ ਲਏ ਨੇ ਦੇਖੋ ਨੁਕਸਾਨ ਕਿੱਦਾਂ ਕਰਾ ਲਿਆ ਇਹਦੇ ਪੰਜੇ ਲੱਗ ਗਏ ਨੇ ਬੜੇ ਜ਼ਾਲਮ ਪੰਜੇ ਨੇ ਇਹਦੇ ਇਹਨੂੰ ਕੰਨਾਂ ਪੜਨ ਨਾਲ ਲੱਤਾਂ ਤੋਂ ਫੜਨਾ ਪੈਂਦਾ ਨਹੀਂ ਤਾਂ ਹੈ ਮੇਰਾ ਨੁਕਸਾਨ ਚਲੋ ਹੁਣ ਬਥੇਰਾ ਨੁਕਸਾਨ ਕਰਾ ਲਿਆ ਹੁਣ ਡੱਕ ਛੱਡੀਏ ਵਾਪਸ ਇਹ ਹੁਣ ਜਿਸ ਟਾਈਮ ਭਾਈ ਆਉਣਾ ਉਹਨਾਂ ਨੇ ਦੇਣਾ ਨੇ ਭਾਈ ਸਾਹਿਬ ਵਿਰਾਗ ਬਣਦੇ ਪਏ ਨੇ ਵਿਰਾਗ ਬਣਨ ਦਾ ਕੋਈ ਮੌਕਾ ਜਾਣ ਨਹੀਂ ਦਿੰਦੇ ਕਿਸੇ ਸ਼ਹੀ ਨਾਲ ਵੀ ਇੱਕ ਵਾਰੀ ਛਾਲ ਮਾਰ ਕੇ ਨਾ ਟਪਕ ਗਿਆ ਤੇ ਇੱਕ ਨੱਖ ਨੇ ਮੂੰਹ ਤੇ ਲੱਗ ਗਿਆ ਨਾ ਤੇ ਹੋਰ ਰੱਜ ਜਾਣਾ ਟਪਣਾ ਕਿੱਦਾਂ ਲੱਤਾਂ ਫੱਦੀਆਂ ਨੇ ਲੱਤਾਂ ਫੜੀਆਂ ਨੇ ਬਸ ਗਲਤੀ ਹੋ ਗਈ ਲੱਤਾਂ ਨਹੀਂ ਮੈਂ ਫੜੀਆਂ ਤਾਂ ਨੁਕਸਾਨ ਕਰਾ ਲਿਆ ਹੈ ਵਿਚਾਰਾ ਦੂਜਾ ਵੀ ਅੰਦਰ ਬੈਠਿਆ ਉਦਾਸ ਹੋ ਕੇ ਅਗਰ ਜੇ ਅਜ਼ਾਦ ਜਿਹੜੇ ਆਉਣੇ ਤੇ ਇਹਨਾਂ ਨੇ ਆਖੇ ਆਉਣਾ ਬਸ ਕਿਤੇ ਫਸ ਗਏ ਹਾਂ ਇਹ ਹੁਣ ਭਾਈ ਆਏ ਦਾ ਸਾਇਆਂ ਵਾਲਾ ਭਾਈ ਹੁੰਦੇ ਨੇ